ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਖੰਡ ਪਾਉਣੀ ਹੈ ਨਾ ਤੇ ਜੇ ਮੰਨ ਲਓ ਇਹ ਗਰਮ ਵੀ ਹੋਵੇ ਨਾ ਵੇਸਣ ਤੇ ਆਹ ਬੜਾ ਵਧੀਆ ਇੱਕ ਤਰੀਕਾ ਵਾ ਮੰਮੀ ਨੇ ਦੱਸਿਆ ਵਾ ਇਹਦੇ ਨਾਲ ਇੱਕ ਤੇ ਇਹ ਵੀ ਸ਼ੇਪ ਵਧੀਆ ਬਣਦੀ ਆ ਤੇ ਨਾਲੇ ਗਰਮ ਗਰਮ ਦੇ ਤੁਸੀਂ ਲੱਡੂ ਵੀ ਬਣਾ ਸਕਦੇ ਠੀਕ ਹੈ ਜੀ ਬਸ ਇਦਾਂ ਕਰਕੇ ਨਾ ਇਦਾਂ ਕਰਕੇ ਠੀਕ ਹੈ ਹੱਥ ਵੀ ਨਹੀਂ ਖਰਾਬ ਹੁੰਦੇ ਨਾਲੇ ਨਾ ਤੁਹਾਡੇ ਹੱਥ ਖਰਾਬ ਹੋਣੇ ਆ ਤੇ ਨਾਲੇ ਗਰਮ ਵੀ ਨਹੀਂ ਤੁਹਾਨੂੰ ਲੱਗਣਾ ਤੇ ਸ਼ੇਪ ਵੀ ਇੱਕੋ ਜਿਹੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਗੱਲ ਇਦਾਂ ਵਾ ਵੀ ਸਾਡੇ ਸਹੁਰਿਆਂ ਦੇ ਸੂਈ ਸੀ ਮੱਝ ਤੇ ਉਹ ਦੁੱਧ ਦੇ ਕੇ ਗਏ ਪਹਿਲਾਂ ਸੀ ਨਾ ਤੇ ਇਹ ਹੁਣ ਜਨਾਬ ਹੁਣ ਘਰ ਡਏ ਆ ਬਣਾਉਣ ਕੇ ਲਾ ਤੇ ਆਪ ਤੇ ਆਰੇ ਲੱਗੇ ਆ ਤੇ ਮੈਨੂੰ ਵੀ ਨਾਲ ਹੀ ਡਾਇਆ ਅਨਮੋਲ ਕਹਿੰਦਾ ਮੈਨੂੰ ਵੀ ਨਾਲ ਹੀ ਆਰੇ ਡਾਇਆ ਜਦ ਕਹਿੰਦੀ ਪੜ੍ਹ ਲਓ ਹੈ ਪਵਨ ਤੇ ਪਵਨ ਇਹ ਕੀ ਬਣਾਉਣ ਡਏ ਹੋ ਕੱਲ ਦੇ ਕੁੜੀ ਆਪਣੇ ਵਾਲ ਸੈੱਟ ਕਰਾ ਕੇ ਆਈ ਹੈ ਤੇ ਵਾਲ ਇਹਦੇ ਖਲੋਣ ਨਹੀਂ ਕਿਹੜੇ ਹੈਗੇ ਪੈਸੇ ਲਾਏ ਆ ਖਲੋਣ ਵੀ ਕਿੱਦਾਂ ਵੀ ਦੱਸਦੇ ਇਹ ਬੀਕਣ ਉਹ ਪੂਰਾ ਤਨੋ ਮਨੋ ਹੋ ਗਏ ਪਿੱਛੇ ਦੀ ਨਾ ਬਸ ਬਣ ਜਾਣ ਤੇ ਮੇਰੇ ਕੋਲ ਆ ਜੇ ਇਹਨੂੰ ਇਹ ਨਹੀਂ ਪਤਾ ਅੱਜ ਭੰਨਾ ਵਾ ਠੰਡਾ ਹੋਣਾ ਵਾ ਕਿੰਨਾ ਕੁ ਟਾਈਮ ਆ ਇਹਦੇ ਵਿੱਚ ਮੀ ਹੋਰ ਅੱਧਾ ਘੰਟਾ ਅੱਧਾ ਘੰਟਾ ਲੱਗ ਜੂਗਾ ਲੱਗ ਜੂਗਾ ਕਿਉਂ ਕਿੰਨਾ ਮਣੀ ਤੜੀ ਵੜ ਲੈ ਕਾਲੀ ਪਾਣੀ ਕੇ ਮੱਖਣ ਨੂੰ ਕਿ ਕਿਉਂ ਸੇ ਤੰਗ ਲੱਗਦਾ ਅੱਜ ਕਿਉਂ ਹੋਈ ਕਿਉਂ ਗਵਾ ਲੈਣਾ ਮੈਂ ਕਰਾਂ ਨਾ ਨਾ ਮੈਂ ਹੁਣ ਮੈਂ ਵੀ ਘਰ ਚ ਕੰਮ ਕਰਦਾ ਭਰਾ ਕੋਠੇ ਤੋਂ ਲਾਈ ਨੀ ਇੱਥੇ ਲਾਈ ਇੱਥੇ ਚਾਲੂ ਕੀਤੀ ਆ ਇੱਥੇ ਤਾਂ ਸਾਹਮਣੀ ਆ ਨਾ ਇਹ ਕਿਸੇ ਨੇ ਸਾਹਮਣੀ ਫਿਰ ਮੈਂ ਤਾਂ ਹੋਣੀ ਨੇ ਸਾਹਮਣੀ ਕਿਉਂ ਮੈਂ ਵੀਡੀਓ ਅਸੀਂ ਸਵੇਰ ਦੀਆਂ ਦੋ ਬਣਾ ਲਈਆਂ ਵਾ ਅਤੇ ਹੁਣ ਸਾਡਾ ਇਰਾਦਾ ਵਾ ਵੀ ਇੱਕ ਵੀਡੀਓ ਹੋਰ ਬਣਾਉਣੀ ਆ ਅਤੇ ਟਾਈਮ ਸਾਡੇ ਕੋਲ ਥੋੜ੍ਹਾ ਵਾ ਵੀਡੀਓ ਦਾ ਟਾਈਮ ਸੀਗਾ 4 ਵਜੇ ਦਾ ਅਤੇ 3:39 ਹੋ ਗਏ ਆ ਅਤੇ 4:30 ਵਜੇ ਹੁਣ ਬਣਾਵਾਂਗੇ ਵੀਡੀਓ ਫਿਰ ਤੁਹਾਨੂੰ ਵੀ ਵਿਖਾਵਾਂਗੇ ਟੀਮ ਵੀ ਲੱਗੀ ਆਉਣ ਅਤੇ ਪਹਿਲਾਂ ਹੁਣ ਆਹ ਵਾਲਾ ਕੰਮ ਕਰੀਏ ਫਿਰ ਵੀਡੀਓ ਵਾਲਾ ਕੰਮ ਕਰਾਂਗੇ ਕਿ ਵੀ ਜੋਤ ਦਾ ਵੀ ਸੀਨ ਵਿੱਚ ਨਾ ਜੋਤ ਫਿਰ ਜੋਤ ਨੂੰ ਵਿਹਲਿਆਂ ਹੋਣਾ ਪੈਣਾ ਨਾ ਉਦੋਂ ਤੱਕ ਅਨਮੋਲ ਅਨਮੋਲ ਤੋਂ ਹੌਸਲਾ ਨਹੀਂ ਹੋ ਰਿਹਾ ਵੇ ਵੇ ਕੇ ਤੇ ਉੱਥੋਂ ਲੈ ਆਏ ਕਿਸਾਨ ਨੂੰ ਗੱਡੀ ਆਪਾਂ ਧੋ ਧਾ ਕੇ ਐਂ ਸਵਾਰ ਕੇ ਪਾਲਿਸ਼ ਪੂਲਿਸ਼ ਮਾਰ ਕੇ ਅਤੇ ਲਾ ਲਈ ਆ ਕੱਲ੍ਹ ਅਸੀਂ ਫਿਰ ਜਾਣਾ ਸਵੇਰੇ ਕਰਦੀਆਂ ਮੈਡਮ ਹੁਣਾਂ ਦੇ ਵਾਲ ਸੈੱਟ ਕਰਾਉਣ ਜਾਣਾ ਫਿਰ ਅਮੋਲ ਵਿਹਲਾ ਬੈਠਾ ਹੀ ਨਹੀਂ ਚੱਲਦਾ ਚੱਲ ਹੁਣ ਆਰੇ ਲੱਗਾ ਥੋੜ੍ਹਾ ਜਿਹਾ ਹੈ ਮੋਲੇ ਨਾਲੇ ਕੱਲ੍ਹ ਨੂੰ ਜੇ ਪਿੰਨੀ ਖਾਏਗਾ ਤੇ ਘੱਟੋ ਘੱਟ ਇਹ ਸੋਚੇਗਾ ਹੈ ਮੋਲ ਮੈਂ ਜੇ ਕੱਲ੍ਹ ਨੂੰ ਪਿੰਨੀ ਖਾਏਗਾ ਤੇ ਇਹ ਸੋਚੇਗਾ ਵੀ ਮੈਂ ਵੀ ਬਣਾਈ ਨਾ ਇਹ ਹੈ ਪਵਨ ਇਹ ਕਿੱਦਾਂ ਪਾਉਂਦੀਆਂ ਨੇ ਪਿੰਨੀਆਂ ਇਹ ਆਪਾਂ ਵੀ ਮੈਂ ਜਿੱਦਾਂ ਕਹਿੰਦਾ ਨੀ ਬਣਾ ਇੱਕ
ਹੈ ਤਾਂ ਮੈਂ ਉਦਾਂ ਹੀ ਵਲੌਗ ਸ਼ੁਰੂ ਕਰਾਂਗਾ ਮੈਂ ਅਨਮੋਲ ਕੋ ਗੱਲ ਨਹੀਂ ਬਣੀ ਤੇ ਹੁਣ ਕੋਸਾ ਵਾਪ ਹੋਇਆ ਮੂਹਰੇ ਅਨਮੋਲ ਕੋ ਹੁਣ ਗੱਲ ਨਹੀਂ ਗੀ ਬਣੀ ਤੇ ਕੋਸਾ ਵਾਪ ਹੋਇਆ ਮੂਹਰੇ ਖੰਡ ਮਹਿਨਾ ਵਾਸਤੇ ਲੈ ਉਹ ਸਿਆਣੇ ਪੈਣੇ ਨੇ ਵੀ ਡੱਬੇ ਜਾਣਿਆ ਕਹਿੰਦਾ ਨਹੀਂ ਤੁਹਾਨੂੰ ਭੁਲੇ ਕਰਾ ਗਿਆ ਅਨਮੋਲ ਨਹੀਂ ਬਣੀ ਗੱਲ ਤੂੰ ਇੱਥੇ ਆ ਜਾ ਇੱਥੇ ਆ ਜਾ ਯਾਰ ਮੇਰੇ ਲਾਗੇ ਆ ਜਾ ਮੇਰੇ ਲਾਗੇ ਇੱਥੇ ਆ ਜਾ ਐਮਲ ਇੱਥੇ ਆ ਜਾ ਇੱਥੇ ਆ ਜਾ ਉੱਠ ਕੇ ਇੱਥੇ ਤੇਰੀ ਸੁਣ ਲਿਆ ਕੋਈ ਕਿੱਲ ਬਣਾਉਣੇ ਬਹੁਤੇ ਔਖੇ ਨਹੀਂ ਹੈਗੇ ਬਿਲਕੁਲ ਸਿੰਪਲ ਵਾ ਤੁਸੀਂ ਜਿਹੜਾ ਮੱਝ ਦਾ ਦੁੱਧ ਪਹਿਲਾਂ ਹੁੰਦਾ ਵਾ ਉਹਨੂੰ ਗਰਮ ਕਰੀ ਜਾਓ ਕਰੀ ਜਾਓ ਕਰੀ ਜਾਓ ਉਹਨੇ ਪਾਊਡਰ ਵਰਗੀ ਫੋਮ 'ਚ ਆਉਣਾ ਠੀਕ ਆ ਉਹ ਤੋਂ ਬਾਅਦ ਘਿਓ ਘਿਓ ਕਿੰਨਾ ਪਾਉਣਾ ਪਰ ਜਿੰਨਾ ਬੇਸਣ ਪਾਉਣਾ ਵਾ ਉਹ ਤੋਂ ਵੱਧ ਥੋੜ੍ਹਾ ਜਿਹਾ ਘਿਓ ਪਾ ਲੈਣਾ ਵਾ ਫਿਰ ਉਹਨੂੰ ਭੁੰਨਦੇ ਜਾਣਾ ਜਿੱਦਾਂ ਇਹਦਾ ਬਰਾਊਨ ਹੋ ਗਿਆ ਉਹ ਤੋਂ ਬਾਅਦ ਚਲੋ ਪਾਓ ਮਤਲਬ ਮੈਨੂੰ ਨਾ ਸਾਡੇ ਇਲਾਕੇ ਵਿੱਚ ਕੇਲ ਹੀ ਕਹਿੰਦੇ ਤੁਹਾਡੇ ਪਤਾ ਨਹੀਂ ਕੀ ਕਹਿੰਦੇ ਵੱਧ ਕਰਾ ਲਓ ਸਾਹਿਬ ਵੀ ਕਟਾ ਦੇ ਮੈਂ ਲਾਵਾਂ ਨਹੀਂ ਤੇ ਇਹਨਾਂ ਨੂੰ ਬਰਾਊਨ ਕਰਕੇ ਫਿਰ ਪਾਉਣੀ ਵਿੱਚ ਕੇਲ ਤੇ ਫਿਰ ਪਾਉਣੀ ਖੰਡ ਰਲਾਉਣ ਨੂੰ ਅਸੀਂ ਹੋਏ ਹਾਂ ਜੀ ਮੂਹਰੇ ਮੈਂ ਛੱਡ ਦੂੰ ਛੱਡ ਦੂੰ ਵਿੱਚ ਤੁਹਾਨੂੰ ਪਾ ਛੋਟੇ ਛੋਟੇ ਬੰਦੇ ਬੜੇ ਹੋ ਗਏ ਹੁਣ ਵੱਡੇ ਬੰਦੇ ਲੱਗਣ ਕੀ ਰਿਹਾ ਵਾ ਮੈਂ ਤੁਹਾਨੂੰ ਦੱਸਣਾ ਵਾ ਇਧਰੋਂ ਮੇਰੇ ਨੂੰ ਕਰ ਪਹਿਲਾਂ ਉਹ ਤੋਂ ਬਾਅਦ ਫਿਰ ਜਦੋਂ ਤੁਸੀਂ ਖੰਡ ਪਾਉਣੀ ਹੈ ਨਾ ਤੇ ਜੇ ਮੰਨ ਲਓ ਇਹ ਗਰਮ ਵੀ ਹੋਵੇ ਨਾ ਬੇਸਣ ਤੇ ਆਹ ਬੜਾ ਵਧੀਆ ਇੱਕ ਤਰੀਕਾ ਵਾ ਮੰਮੀ ਨੇ ਦੱਸਿਆ ਵਾ ਇਹਦੇ ਨਾਲ ਇੱਕ ਤੇ ਇਹ ਵੀ ਸ਼ੇਪ ਵਧੀਆ ਬਣਦੀ ਆ ਤੇ ਨਾਲੇ ਗਰਮ ਗਰਮ ਦੇ ਤੁਸੀਂ ਲੱਡੂ ਵੀ ਬਣਾ ਸਕਦੇ ਜੀ ਠੀਕ ਹੈ ਜੀ ਬਸ ਇੱਦਾਂ ਕਰਕੇ ਨਾ ਇੱਦਾਂ ਕਰਕੇ ਠੀਕ ਹੈ ਹੱਥ ਵੀ ਨਹੀਂ ਖਰਾਬ ਹੁੰਦੇ ਨਾਲੇ ਨਾ ਤੁਹਾਡੇ ਹੱਥ ਖਰਾਬ ਹੋਣੇ ਆ ਤੇ ਨਾਲੇ ਗਰਮ ਵੀ ਨਹੀਂ ਤੁਹਾਨੂੰ ਲੱਗਣਾ ਤੇ ਸ਼ੇਪ ਵੀ ਇੱਕੋ ਜਿਹੀ ਠੀਕ ਹੈ ਜੀ ਇਹ ਤਰੀਕਾ ਜ਼ਰੂਰ ਯਾਦ ਰੱਖਣਾ ਸਾਰਿਆਂ ਨੇ ਜਦੋਂ ਵੀ ਤੁਸੀਂ ਲੱਡੂ ਬਣਾਉਣੇ ਹੋਣ ਪਿੰਨੀਆਂ ਵੀ ਜਦੋਂ ਕਿਸੇ ਨੇ ਬਣਾਉਣੀਆਂ ਇੱਦਾਂ ਬਣਾ ਸਕਦਾ ਕਿਉਂਕਿ ਗਰਮ ਬੇਸਣ ਦੀਆਂ ਪਿੰਨੀਆਂ ਨਹੀਂ ਹਨਾ ਬਣਾਈਆਂ ਜਾਂਦੀਆਂ ਕਿਉਂ ਮਾ ਇਹ ਤਾਂ ਬਹੁਤ ਗਰਮ ਗਰਮ ਹੈ ਜੇ ਭੱਟੀ ਦੇ ਉੱਤੇ ਹੀ ਹੈ ਕੜਾਈ ਅਜੇ ਭੱਟੀ ਦਾ ਹੀ ਤਾਂ ਗੈਸ ਹੀ ਹੁਣੇ ਬੰਦ ਕੀਤਾ ਹੈ ਆਪਾਂ ਹੁਣ ਪਹਿਲਾਂ ਪਿੰਨੀਆਂ ਬਣਾ ਲਈਏ ਤੇ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਸਾਰੀ ਆਪਣੀ ਤਕਨੀਕ ਦੇ ਆਹ ਜਿਹੜੀਆਂ ਪਿੰਨੀਆਂ ਵਾ ਨਾ ਆਹ ਜਿਹੜੀਆਂ ਤਿੰਨ ਇਹ ਮੈਂ ਬਣਾਈਆਂ ਵਾ ਇਹ ਜੋਰਦੀਆਂ ਆਹ ਮਤਲਬ ਜੋਰਦੀ ਬਣਾਈਆਂ ਟੁੱਟੀਆਂ ਭੱਜੀਆਂ ਆਹ ਸਾਰੀਆਂ ਮੈਂ ਬਣਾਈਆਂ ਯਾਰ ਇਹ ਸ਼ੂਗਰ ਕਰੇ ਜੋਸ ਨੇ ਬਣਾਤੀਆਂ ਤਾਂ ਨਾਲ ਪਤਾ ਕੀ ਤੇ ਪਿੰਨੀਆਂ ਬਣਾ ਕੇ ਹੁਣ ਆਪਾਂ ਹੋ ਗਿਆ ਵਿਹਲੇ ਤੇ ਹੁਣ ਆਪਾਂ ਬਣਾਉਣ ਲੱਗੇ ਵੀਡੀਓ ਬਸ ਛੱਡਦੇ ਨੂੰ 4:17 ਹੋ ਗਏ ਆ ਤੇ 4:30 ਵਜੇ ਟੀਮ ਨੂੰ ਟਾਈਮ ਦਿੱਤਾ ਵਾ ਤੇ ਹੁਣ ਆਪਾਂ ਵੀਡੀਓ ਵੱਲ ਹੋਈਏ ਤੇ ਤੁਹਾਡੇ ਨਾਲ ਕਰਾਂਗੇ ਬਾਅਦ 'ਚ ਗੱਲ ਸਰ ਜੀ ਸਿਆਲਾਂ 'ਚ ਕੁਛ ਨਾ ਕੁਛ ਗਰਮ ਬਣਾ ਕੇ ਜ਼ਰੂਰ ਖਾਓ ਤਾਂ ਜੋ ਥੋੜ੍ਹੀ ਜਿਹੀ ਗਰਮੈਸ਼ ਰਹੇ ਸਰੀਰਾਂ ਦੇ ਵਿੱਚ